ਸਸਕਾਲ ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਗਾਇਕ ਕਰਨ ਔਜਲਾ ਦੇ ਬਾਰੇ। ਕਰਨ ਔਜਲਾ ਜੋ ਕਿ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਨੇ ਆਪਣੀ ਗਾਇਕੀ ਨੂੰ ਲੈ ਕੇ ਅਤੇ ਜਿੰਨੀ ਕੁ ਕੱਟੜ ਫੈਨ ਫੋਲੋਇੰਗ ਕਰਨ ਔਜਲਾ ਦੀ ਪੰਜਾਬੀ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਉਸ ਦੇ ਨਾਲ ਤੁਸੀਂ ਭਲੇ ਪੰਤੀ ਜਾਣੂ ਹੋ। ਤੇ ਹੁਣ ਇੱਥੇ ਅਸੀਂ ਤੁਹਾਨੂੰ ਦੱਸ ਦਈਏ ਕਿ ਕਰਨ ਔਜਲਾ ਭਾਵੇਂ ਅੱਜ ਦੁਨੀਆ ਦੇ ਸਟਾਰ ਹਨ ਪਰ ਭਾਵੇਂ ਕੋਈ ਜਿੰਨਾ ਮਰਜ਼ੀ ਵੱਡਾ ਸਟਾਰ ਹੋ ਜਾਵੇ ਜੇਕਰ ਉਸ ਦੇ ਮਾਤਾ ਪਿਤਾ ਇਸ ਦੁਨੀਆ ਦੇ ਵਿੱਚ ਨਹੀਂ ਹਨ ਤਾਂ ਸ਼ਾਇਦ ਉਸ ਦਾ ਦੁੱਖ ਉਹੀ ਸਮਝ ਸਕਦਾ ਹੈ। ਇਹੋ ਜਿਹੇ ਕਿੰਨੇ ਜੋ ਸਟਾਰ ਹਨ ਸਾਡੀ ਇੰਡਸਟਰੀ ਦੇ ਵਿੱਚ ਹੈਗੇ ਹਨ ਜਿਨ੍ਹਾਂ ਦੇ ਮਾਤਾ ਪਿਤਾ ਇਸ ਦੁਨੀਆ ਦੇ ਵਿੱਚ ਨਹੀਂ ਹਨ, ਉਹਨਾਂ ਦਾ ਇੰਡਸਟਰੀ ਦੇ ਵਿੱਚ ਨਾਮ ਵੀ ਕਾਫੀ ਜ਼ਿਆਦਾ ਹੈ ਤੇ ਉਹਨਾਂ ਦੇ ਵਿੱਚੋਂ ਇੱਕ ਨਾਮ ਕਰਨ ਔਜਲਾ ਦਾ ਹੈ। ਕਰਨ ਔਜਲਾ ਦੇ ਪਾਪਾ ਨੂੰ ਇਸ ਦੁਨੀਆ ਨੂੰ ਛੱਡੇ ਹੋਏ ਅੱਜ 14 ਸਾਲ ਹੋ ਚੁੱਕੇ ਹਨ, ਜਿਸ ਦੀ ਇਨਫੋਰਮੇਸ਼ਨ ਖੁਦ ਕਰਨ ਔਜਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਤੇ ਦਿੱਤੀ ਅਤੇ ਉਸਨੇ ਕਾਫੀ ਜ਼ਿਆਦਾ ਦੁੱਖ ਵੀ ਜ਼ਾਹਿਰ ਕੀਤਾ। जी हाँ, करन औजला की पोस्ट तुम देख चुके हो जिस दे विच करन औजला काफ़ी ज़्यादा उदास नज़र आ रहे हैं। करन औजला का कहना है कि पापा भावें तुम चले गए हो इस दुनिया के विच पर कोई भी दिन यहोजे नहीं है जो मैं थोनू याद नहीं किया। काफ़ी वड्डी गल है, माता पिता का होना हर एक बच्चे दे लई काफ़ी वड्डी गल होंदी है ते जिस बच्चे के माता पिता नहीं होंदे वह बच्चे का दुख की हुंदा है ए वह बच्चा ही जान सकता है। तो करन औजला के भावें मम्मी पापा इस दुनिया के विच नहीं हन पर फिर भी असी उन्हां दे जज्बे नूं सलाम करदे हां क्योंकि उसने इन्नी दिक्कतां दा सामना करन तों बाद भी अपनी गायकी नूं वक्खरे मुकाम ते लियांदा अते अज करन औजला नूं पूरी दुनिया जानदी है। अते करन औजला दे मम्मी पापा इस दुनिया दे विच नहीं हन। करन औजला दी इस वीडियो तों बाद हुण तुसीं अपने कमेंट्स की देना चाहुंदे हो करन औजला दे लई, अपने वल्लों अपने कमेंट्स कमेंट बॉक्स विच देना ना भुलना।